ਵਿੱਚ ਜਿਹੜੀ ਆਪਣੀ ਵਾਰਦਾਤ 3-4 ਵਾਲੀ ਰਾਤ ਨੂੰ ਜਿਹੜੀ ਆਪਣੀ ਖੋਈਆਂ ਸਰਵਰ ਥਾਣੇ ਦੇ ਵਿੱਚ ਪੈਟਰੋਲ ਪੰਪ ਸੀ ਮਾਰ ਪੈਟਰੋਲ ਪੰਪ ਸੀ, ਉੱਥੇ ਕੁਝ 2 ਨੌਜਵਾਨ ਵਿਅਕਤੀਆਂ ਨੇ ਕਾਪੇ ਦੀ ਨੋਕ ਤੇ 3 ਮੋਬਾਈਲ ਫੋਨ ਤੇ 2960 ਰੁਪਏ ਜਿਹੜੇ ਹੈਗੇ ਆ ਉੱਥੋਂ ਉਹ ਖੋ ਕੇ ਭੱਜੇ ਸਨ। ਤੇ ਉਸ ਨੂੰ ਹੀ ਜਿਵੇਂ ਹੀ ਪੁਲਿਸ ਨੂੰ ਇਸ ਸੰਬੰਧੀ ਰਿਪੋਰਟ ਦਿੱਤੀ ਗਈ, ਪਰਚਾ ਦਰਜ ਕਰਕੇ ਅਗਲੀ ਇਨਵੈਸਟੀਗੇਸ਼ਨ ਚਾਲੂ ਕੀਤੀ ਗਈ। ਟੈਕਨੀਕਲ ਸਪੋਰਟ ਦੀ ਸਹਾਇਤਾ ਲੈਂਦੇ ਹੋਏ ਜਿਹੜੇ ਕਿ ਹੈਗੇ ਦੋਨੋਂ ਦੋਸ਼ੀਆਂ ਨੂੰ ਟਰੇਸ ਕੀਤਾ ਗਿਆ ਤੇ ਉਹਨਾਂ ਨੂੰ ਫੜਿਆ ਗਿਆ। ਇਹਦੇ ਵਿੱਚ ਸਾਨੂੰ ਆਪਾਂ CCTV ਫੁਟੇਜਸ ਖੰਗਾਲੀਆਂ, ਇਸ ਤੋਂ ਇਲਾਵਾ ਜਿਹੜਾ ਮੋਬਾਈਲ ਦਾ ਡਾਟੇ ਦਾ ਵੀ ਪ੍ਰਯੋਗ ਕਰਕੇ ਜਿਹੜਾ ਕਿ ਬੰਦੇ ਟਰੇਸ ਕੀਤੇ ਗਏ। ਜਿਹੜੇ ਇਸ ਦੇ ਵਿੱਚ 2 ਮੁਲਜ਼ਮ ਆਪਾਂ ਗ੍ਰਿਫਤਾਰ ਕੀਤੇ ਨੇ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਗੁਰਨਿਸ਼ਾਨ ਸਿੰਘ ਪੁੱਤਰ ਕਾਰਜ ਸਿੰਘ ਜੋ ਕਿ ਸਰਾਵਾਂ ਬੋਧਲਾ ਪਿੰਡ ਦਾ, ਤੇ ਦੂਸਰਾ ਗੁਰਸਿਮਰਨ ਸਿੰਘ ਪੁੱਤਰ ਬਲਕਾਰ ਸਿੰਘ ਜਿਸ ਦਾ ਪਿੰਡ ਵੀ ਸਰਾਵਾਂ ਬੋਧਲਾ ਹੀ ਹੈ। ਇਹਨਾਂ ਦੀ ਜੋ ਹੁਣ ਤੱਕ ਸਾਡੀ ਮੁੱਢਲੀ ਪੁੱਛਗਿੱਛ ਕੀਤੀ ਗਈ ਹੈ, ਇਹਦੇ ਵਿੱਚ ਇਹ ਕਰੀਬ 8 ਵਾਰਦਾਤਾਂ ਨੂੰ ਖੋਹਦੀਆਂ ਨੂੰ ਜਿਹੜਾ ਇਹ ਅੰਜਾਮ ਦੇ ਚੁੱਕੇ ਨੇ। ਇਹ ਜਿਹੜਾ ਮੇਨਲੀ ਟਾਰਗੇਟ ਕਰ ਰਹੇ ਸੀ ਪੈਟਰੋਲ ਪੰਪਸ ਨੂੰ, ਤੇ ਉਸ ਤੋਂ ਇਲਾਵਾ ਕੋਈ ਵੀ ਕੋਈ ਰਾਹਗੀਰ ਵਿਅਕਤੀ ਉਹਨੂੰ ਕੱਲਾ ਦੇਖ ਕੇ ਟਾਰਗੇਟ ਕਰ ਰਹੇ ਸੀ। ਇਹਦੇ ਵਿੱਚ ਸਾਨੂੰ ਜਿਹੜਾ ਇਹਨਾਂ ਤੋਂ ਇਹਨਾਂ ਵੱਲੋਂ ਜਿਹੜਾ ਦੌਰਾਨ ਵਰਤਿਆ ਜਾ ਰਿਹਾ ਵੈਪਨ ਸੀਗਾ ਖੋਹ ਦੇ ਦੌਰਾਨ ਕਾਪਾ, ਇਹ ਬਰਾਮਦ ਕੀਤਾ ਗਿਆ। ਇਹਨਾਂ ਵੱਲੋਂ ਜਿਹੜੇ ਉੱਥੋਂ ਮੋਬਾਈਲ ਫੋਨ ਖੋਹ ਕੀਤੇ ਗਏ ਸੀ, 2 ਮੋਬਾਈਲ ਫੋਨ ਰਿਕਵਰ ਕੀਤੇ ਨੇ, ਜਿਹੜੇ ਪੈਸੇ ਖੋਹ ਕੀਤੇ ਗਏ ਸੀ ਉਹ ਰਿਕਵਰ ਕੀਤੇ ਗਏ ਨੇ। ਤੇ ਜਿਹੜਾ ਵਾਰਦਾਤ ਸਮੇਂ ਇਹਨਾਂ ਨੇ ਮਤਲਬ ਕਿ ਹੋਰ ਔਜ਼ਾਰ ਵਰਤੇ ਨੇ ਉਹ ਵੀ ਇਹਨਾਂ ਤੋਂ ਰਿਕਵਰ ਕੀਤੇ ਗਏ ਨੇ, ਤੇ ਮੋਟਰਸਾਈਕਲ ਜਿਹੜਾ ਪਲਸਰ ਯੂਜ਼ ਕਰ ਰਹੇ ਸੀ ਵਾਰਦਾਤਾਂ ਦੇ ਵਿੱਚ ਉਹ ਵੀ ਰਿਕਵਰ ਕਰ ਲਿਆ ਗਿਆ। ਇਹਨਾਂ ਦਾ ਜਿਹੜਾ ਮੇਨ ਏਰੀਆ ਜਿਹੜਾ ਇਹਨਾਂ ਨੇ ਟਾਰਗੇਟ ਕੀਤਾ ਉਹ ਸੀਗਾ ਆਪਣਾ ਅਬੋਹਰ ਦਾ ਏਰੀਆ ਐਂਡ ਮਲੋਟ ਦਾ ਏਰੀਆ। ਇਹਨਾਂ ਦੀਆਂ ਕੁਝ ਵਾਰਦਾਤਾਂ ਮਲੋਟ ਚ ਕੀਤੀਆਂ ਗਈਆਂ ਇਹਨਾਂ ਵੱਲੋਂ, ਤੇ ਕੁਝ ਆਪਣੇ ਇੱਕ ਵਾਰਦਾਤ ਸਾਡੀ ਖੋਈਆਂ ਸਰਵਰ ਥਾਣੇ ਦੀ। ਕਿੰਨੇ ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਸਾਡੀ ਹੋਈ ਹੈਗੀ? ਇਹਨਾਂ ਨੇ ਇਹਨਾਂ ਕੋਈ 15-20 ਦਿਨਾਂ ਤੋਂ ਇਹ ਚੀਜ਼ਾਂ ਇਹ ਕਰ ਰਹੇ ਸੀਗੇ, ਮਤਲਬ ਕਿ ਜਦੋਂ ਸਾਡੀ ਵਾਰਦਾਤ ਕੀਤੀ ਆ ਉਸ ਤੋਂ ਜਸਟ ਪਹਿਲਾਂ ਇਹਨਾਂ ਨੇ ਸਟਾਰਟ ਕੀਤੀਆਂ ਸੀ, ਤੇ ਪੁਲਿਸ ਨੇ ਉਹਨੂੰ ਸਖ਼ਤੀ ਨਾਲ ਲੈਂਦਿਆਂ ਹੋਇਆ ਉਦੋਂ ਤੋਂ ਹੀ ਇਹਨਾਂ ਦੇ ਖਿਲਾਫ਼ ਸਦਰ ਮਲੋਟ ਚ ਵੀ ਪਰਚਾ ਰਜਿਸਟਰ ਹੈਗਾ, ਜਿਹੜੀਆਂ ਉੱਥੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹਦੇ ਸੰਬੰਧ ਵਿੱਚ। ਇਹ ਜਿਹੜੇ ਹੈਗੇ ਗੋਬਿੰਦਗੜ੍ਹ ਆਪਣੇ ਹੈਗੇ ਜਿਹੜਾ ਪਿੰਡ ਉੱਥੋਂ ਫੜੇ ਗਏ, ਉੱਥੋਂ ਹੀ ਆਪਾਂ ਜਿਹੜਾ ਇਹਨਾਂ ਦਾ ਮੋਟਰਸਾਈਕਲ ਵੀ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਚ ਵੀ ਵਾਰਦਾਤ ਉਹਦੇ ਸੰਬੰਧ ਚ ਹਜੇ ਪੁੱਛਗਿੱਛ ਜਾਰੀ ਹੈ ਕਿ ਇਹਨਾਂ ਨੇ ਕੋਈ ਰਾਜਸਥਾਨ ਦੇ ਜਿਹੜੇ ਅਡਜੋਇਨਿੰਗ ਏਰੀਆ ਹੈਗੇ ਨੇ ਆਪਣੇ ਨਾਲ ਉੱਥੇ ਕੋਈ ਵਾਰਦਾਤਾਂ ਕੀਤੀਆਂ ਨੇ ਜਾਂ ਨਹੀਂ। ਇਹ ਬੇਸਿਕਲੀ ਨਸ਼ੇ ਦੇ ਐਡਿਕਟ ਨੇ ਦੋਨੋਂ ਜਣੇ, ਪਹਿਲਾਂ ਇਹ ਖੇਤੀਬਾੜੀ ਕਰਦੇ ਸੀ ਫਿਰ ਹੁਣ ਇਹ ਨਸ਼ੇ ਦੇ ਐਡਿਕਟ ਨੇ, ਤੇ ਉਹਦੀ ਹੀ ਆਪਣੀ ਪੂਰਤੀ ਕਰਨ ਲਈ ਨਸ਼ੇ ਦੀ ਪੂਰਤੀ ਕਰਨ ਲਈ ਇਸ ਤਰ੍ਹਾਂ ਦੀਆਂ ਵਾਰਦਾਤਾਂ ਜੀ ਉਹ ਹਾਲੇ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਦਾ ਹੋਰ ਕੀ ਸੀ ਕੀ ਨਹੀਂ ਸੀ, ਤੇ ਲੇਕਿਨ ਜੋ ਇਹਨਾਂ ਦਾ ਮੁੱਢਲੇ ਤੌਰ ਤੇ ਸਾਨੂੰ ਪਤਾ ਲੱਗਿਆ ਉਹ ਇਹਨਾਂ ਦਾ ਆਪਣੇ ਨਸ਼ੇ ਦੀ ਪੂਰਤੀ ਨੂੰ ਲੈ ਕੇ ਹੀ ਜਿਹੜੀਆਂ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ।